ਗੁੱਗਾ ਪੀਰ ਵੈਲਫੇਅਰ ਸੁਸਾਇਟੀ ਅੱਡਾ ਹੁਸ਼ਿਆਰਪੁਰ ਫਾਟਕ ਜਲੰਧਰ ਕੀ ਔਰ ਸੇ ਹਰ ਵਰਸ਼ ਕੀ ਤਰ੍ਹਾਂ ਇਸ ਵਰਸ਼ ਵੀ ਜ਼ਰੂਰਤਮੰਦ ਲੜਕੀਓ ਕਾ ਚੌਥਵਾਂ ਸਮੂਹਿਕ ਵਿਵਾਹ ਸਮਾਰੋਹ ਕਾ ਆਯੋਜਨ 28 ਅਗਸਤ ਦਿਨ ਬੁੱਧਵਾਰ ਕੋ ਪ੍ਰਾਤੇ 11 ਵਜੇ ਕੀਆ ਜਾ ਰਹਾ ਹੈ। ਇਸੀ ਸੰਬੰਧ ਮੇਂ ਪਹਿਲੀ ਮੀਟਿੰਗ ਕਾ ਆਯੋਜਨ ਓਮ ਨਮਹ ਸ਼ਿਵਾਏ ਗਵਰਨਮੈਂਟ ਮੇਂ ਕੀਆ ਗਿਆ। ਇਸ ਮੌਕੇ ਪਰ ਸਭਾ ਕੇ ਅਧਿਅਕਸ਼ ਰਾਜਿੰਦਰ ਵਰਮਾ, ਦੀਸ਼ਾ ਜਨਰਲ ਸਚਿਵ ਮੱਖਣ ਸਿੰਘ, ਉਪ ਪ੍ਰਧਾਨ ਸੁਨੀਲ ਮਦਾਨ ਨੇ ਬਤਾਇਆ ਕਿ ਅਬ ਤੱਕ ਉਨਕੀ ਸੁਸਾਇਟੀ 124 ਜੋੜੋਂ ਕੀ ਸ਼ਾਦੀ ਕਰਵਾ ਚੁੱਕੀ ਹੈ। ਵਹੀਂ ਉਨ੍ਹਾਂ ਨੇ ਬਤਾਇਆ ਕਿ ਇਸ ਸਮਾਰੋਹ ਮੇਂ ਸ਼ਹਿਰ ਕੇ ਗਣਮਾਨਯ ਲੋਕ ਵ ਪ੍ਰਸ਼ਾਸਨਿਕ ਅਧਿਕਾਰੀ ਵੀ ਵਿਸ਼ੇਸ਼ ਰੂਪ ਸੇ ਸ਼ਾਮਿਲ ਹੋਂਗੀ। ਉਨ੍ਹਾਂ ਨੇ ਬਤਾਇਆ ਕਿ ਇਸ ਦੌਰਾਨ ਨਵ ਵਿਵਾਹਿਤ ਜੋੜੋਂ ਕੋ ਘਰੇਲੂ ਜ਼ਰੂਰਤ ਸੰਬੰਧੀ ਹਰ ਪ੍ਰਕਾਰ ਕਾ ਸਮਾਨ ਵੀ ਪ੍ਰਦਾਨ ਕੀਆ ਜਾਏਗਾ ਔਰ ਬਰਾਤੀਓਂ ਕੇ ਲੀਏ ਵਿਭਿੰਨ ਪ੍ਰਕਾਰ ਕੇ ਵਿਅੰਜਨੋਂ ਕਾ ਪ੍ਰਬੰਧ ਵੀ ਕੀਆ ਜਾਏਗਾ। ਇਸ ਅਵਸਰ ਪਰ ਕੋਸ਼ਾਧਿਅਕਸ ਸਤੀਸ਼ ਮਲਹੋਤਰਾ, ਉਪ ਚੇਅਰਮੈਨ ਜੀਵਨ ਕੁਮਾਰ, ਐਡਵਾਈਜ਼ਰ ਐਸ ਕੇ ਕਪੂਰ, ਵਰਿੰਦਰ ਕਪੂਰ, ਕੁਲਦੀਪ ਭਾਟੀਆ, ਨਿਪੁੰਨ ਭੰਡਾਰੀ, ਵਿਵੇਕ ਮਲਹੋਤਰਾ, ਜਤਿੰਦਰ ਮਲਿਕ ਸਹਿਤ ਸੁਸਾਇਟੀ ਕੇ ਅਨੇ ਸਦੱਸਿਆਗਣ ਵੀ ਉਪਸਥਿਤ ਰਹੇ। ਜਲੰਧਰ ਸੇ ਹਲਚਲ ਕੇ ਲੀਏ ਕੈਮਰਾਮੈਨ ਸੁਰੇਂਦਰ ਬਾਵਾ ਕੀ ਰਿਪੋਰਟ। ਗੁੱਗਾ ਪੀਰ ਵੈਲਫੇਅਰ ਸੁਸਾਇਟੀ ਰਜਿਸਟਰਡ ਅੱਡਾ ਹੁਸ਼ਿਆਰਪੁਰ ਫਾਟਕ ਵੱਲੋਂ 14ਵਾਂ ਸਮੂਹਿਕ ਵਿਵਾਹ ਕਾਰਜਕ੍ਰਮ 28 ਅਗਸਤ ਦਿਨ ਬੁੱਧਵਾਰ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਜ਼ਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੀ ਸ਼ਾਦੀ ਕਰਵਾਈ ਜਾਂਦੀ ਹੈ ਔਰ ਉਹਨਾਂ ਲੜਕੀਆਂ ਨੂੰ ਘਰੇਲੂ ਜ਼ਰੂਰਤ ਦਾ ਸਮਾਨ ਤੋਂ ਇਲਾਵਾ ਆਏ ਹੋਏ ਮਹਿਮਾਨਾਂ ਦਾ ਪ੍ਰੀਤੀ ਭੋਜ ਵੀ ਸੁਸਾਇਟੀ ਆਪਣੇ ਵੱਲ ਕਰਦੀ ਹੈ ਔਰ ਇਸ ਸਮਾਰੋਹ ਵਿੱਚ ਸ਼ਹਿਰ ਦੇ ਗਣਮਾਨੇ ਵਿਅਕਤੀਆਂ ਤੋਂ ਇਲਾਵਾ ਸ਼ਹਿਰ ਦੇ ਜਿਹੜੇ ਸਾਡੇ ਸਮਾਜਿਕ ਔਰ ਧਾਰਮਿਕ ਔਰ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਹੈ ਉਹ ਵੀ ਇਸ ਵਿੱਚ ਸ਼ਾਮਿਲ ਹੁੰਦੇ ਨੇ ਔਰ ਅਸੀਂ ਆਪ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਪ੍ਰੋਗਰਾਮ ਵਿੱਚ ਆਪ ਜੀ ਸਾਰੇ ਸ਼ਾਮਿਲ ਹੋ ਕੇ ਇਸ ਪ੍ਰੋਗਰਾਮ ਦੀ ਸ਼ੋਭਾ ਨੂੰ ਵਧਾਓ ਔਰ ਗੁੱਗਾ ਪੀਰ ਵੈਲ ਸੁਸਾਇਟੀ ਵੱਲੋਂ ਇਸ ਸਾਲ ਵੀ ਜ਼ਰੂਰਤਮੰਦ ਲੜਕੀਆਂ ਦੇ ਵਿਆਹ ਕੀਤੇ ਜਾ ਰਹੇ ਨੇ। ਉਹਦੇ ਵਿੱਚ ਅਸੀਂ 124 ਵਿਆਹ ਪਹਿਲਾਂ ਕਰਾ ਚੁੱਕੇ ਹਾਂ, ਹੁਣ ਵੀ ਜਿੰਨੇ ਪਰਿਵਾਰ ਆਉਣਗੇ ਔਰ ਤੁਹਾਡੇ ਭੈਣ ਭਰਾਵਾਂ ਦੇ ਸਹਿਯੋਗ ਨਾਲ ਉਹਨਾਂ ਦੇ ਵਿਆਹ ਕੀਤੇ ਜਾਣਗੇ। ਉਹਦੇ ਵਿੱਚ 26 ਤਰੀਕ ਨੂੰ ਮਹਿੰਦੀ ਦੀ ਰਸਮ ਹੈ, 27 ਤਰੀਕ ਦਾ ਗੁੱਗਾ ਹੈ, 28 ਦੇ ਵਿਆਹ ਵੇ। ਉਹਦੇ ਸਾਰੇ ਭੈਣ ਭਰਾਵਾਂ ਨੇ ਹੁੰਮ ਹੁੰਮ ਆ ਕੇ ਦਰਸ਼ਨ ਦੇਣੇ। ਉਹਦੇ ਜਿਹੜੀਆਂ ਸਾਡੀਆਂ ਕਮੀਆਂ ਪੇਸ਼ੀਆਂ ਉਹ ਤੁਸੀਂ ਦੱਸਣੀਆਂ ਹੈ, ਅਸੀਂ ਕੁਝ ਨਹੀਂ ਕਰਨ ਜੋਗੇ। ਜੋ ਤੁਸੀਂ ਕਮੀਆਂ ਪੇਸ਼ੀਆਂ ਦੱਸੋਗੇ ਅਸੀਂ ਅੱਗੇ ਉਹ ਪੂਰੀਆਂ ਕਰਾਂਗੇ। ਜੈ ਗੁੱਗਾ ਪੀਰ ਜੀ ਦੀ। ਬਹੁਤ ਗੁੱਗਾ ਪੀਰ ਵੈਲਫੇਅਰ ਸੁਸਾਇਟੀ ਅੱਡਾ ਹੁਸ਼ਿਆਰਪੁਰ ਚੌਂਕ ਜਲੰਧਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਗਾਤਾਰ 14ਵੇਂ ਸਾਲ ਸਮੂਹਿਕ ਵਿਆਹ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਦੇ ਵਿੱਚ ਗਰੀਬ ਲੜਕੀਆਂ ਨੂੰ ਉਹਨਾਂ ਦਾ ਬਹੁਤ ਸ਼ਾਨ ਸ਼ੌਕਤ ਨਾਲ ਵਿਆਹ ਕੀਤਾ ਜਾਂਦਾ ਹੈ ਅਤੇ ਉਹਨਾਂ ਦੇ ਘਰ ਦੇ ਜ਼ਰੂਰਤ ਦਾ ਸਮਾਨ ਵੀ ਦਿੱਤਾ ਜਾਂਦਾ ਹੈ। ਸਭ ਭੈਣਾਂ ਭਰਾਵਾਂ ਨੂੰ ਬੇਨਤੀ ਹੈ ਕਿ ਤੁਸੀਂ ਵੀ ਇਸ ਵਿਆਹ ਵਿੱਚ ਸ਼ਾਮਿਲ ਹੋਵੋ ਅਤੇ ਆਪਣੀ ਸ਼ਰਧਾ ਅਨੁਸਾਰ ਵੱਧ ਤੋਂ ਵੱਧ ਦਾਨ ਦਿਓ ਤਾਂ ਜੋ ਇਸ ਆਯੋਜਨ ਸਫਲ ਕੀਤਾ ਜਾ ਸਕੇ। ਹਰ ਸਾਲ ਦੀ ਤਰ੍ਹਾਂ ਜੋ ਇੱਥੇ ਗੁੱਗਾ ਪੀਰ ਵੈਲਫੇਅਰ ਸੁਸਾਇਟੀ ਚੌਂਕ ਅੱਡਾ ਹੁਸ਼ਿਆਰਪੁਰ ਨਜ਼ਦੀਕ ਰੇਲਵੇ ਫਾਟਕ ਦੇ ਵਿੱਚ ਅਸੀਂ ਜ਼ਰੂਰਤਮੰਦ ਕੁੜੀਆਂ ਦੇ ਵਿਆਹ ਕਰਾਉਂਦੇ ਹਾਂ, ਉਹ ਇਸ ਵਾਰ ਵੀ 28 ਅਗਸਤ ਦਿਨ ਬੁੱਧਵਾਰ ਨੂੰ ਬੜੀ ਧੂਮ ਧਮੱਕੇ ਨਾਲ ਉਹ ਸਾਰੇ ਜਿੰਨੇ ਵੀ ਇੱਥੇ ਸਾਡੇ ਮੈਂਬਰ ਆਏ ਹਨ ਇਹਨਾਂ ਦੇ ਸਹਿਯੋਗ ਨਾਲ, ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਸਾਰੇ ਕਾਰਜ ਅਸੀਂ ਪੂਰੇ ਕਰਦੇ ਹਾਂ। ਅੱਜ ਤੋਂ ਪਹਿਲਾਂ ਅਸੀਂ 124 ਜੋੜਿਆਂ ਦੇ ਪਹਿਲਾਂ ਵਿਆਹ ਕਰਾ ਚੁੱਕੇ ਹਾਂ ਔਰ ਇਸ ਵਾਰ ਵੀ ਸਾਡਾ ਟਾਰਗੇਟ 21 ਜੋੜਿਆਂ ਦਾ ਅਸੀਂ ਕਿਹਾ ਹੋਇਆ, ਜਿੰਨੇ ਸਾਡੇ ਕੋਲ ਆ ਗਏ ਉਹਨਾਂ ਦੇ ਅਸੀਂ ਇੱਥੇ ਵਿਆਹ ਕਰਾਵਾਂਗੇ ਔਰ ਉਹਦੇ ਵਿੱਚ ਜ਼ਰੂਰਤਮੰਦ ਲੜਕੀਆਂ ਨੂੰ ਜੋ ਵੀ ਸਮਾਨ ਦਿੱਤਾ ਜਾਂਦਾ ਹੈ ਔਰ ਖਾਣਾ ਔਰ ਜੋ ਜਿੰਨੇ ਵੀ ਬਰਾਤੀ ਜੋ ਆਉਂਦੇ ਹਨ ਸਾਰਿਆਂ ਦਾ ਅਸੀਂ ਮਾਣ ਸਨਮਾਨ ਕਰਕੇ ਉਹ ਸਾਰਾ ਪ੍ਰੋਗਰਾਮ ਵਧੀਆ ਢੰਗ ਨਾਲ ਹੁੰਦਾ ਹੈ। ਇਹ ਜਿਹੜੀ ਸਾਡੀ ਸੁਸਾਇਟੀ ਹੈ
ਇਹ ਪਿਛਲੇ 14-15 ਸਾਲ ਤੋਂ ਬਣੀ ਹੈ ਔਰ ਇਹ ਸਾਡਾ 14ਵਾਂ ਪ੍ਰੋਗਰਾਮ ਹੈ ਜੋ ਕਿ 28 ਅਗਸਤ ਨੂੰ ਆ ਰਿਹਾ। ਪਹਿਲਾਂ 26 ਤਰੀਕ ਨੂੰ ਜਨਮਅਸ਼ਟਮੀ ਮਨਾਈ ਜਾਂਦੀ ਹੈ ਔਰ 27 ਤਰੀਕ ਨੂੰ ਗੁੱਗਾ ਨੌਮੀ ਦਾ ਬੜਾ ਭਾਰਾ ਮੇਲਾ ਲੱਗਦਾ ਇੱਥੇ ਔਰ ਉਸ ਮੇਲੇ ਦੇ ਵਿੱਚ ਇਲਾਕਾ ਨਿਵਾਸੀ ਹੁੰਮ ਮਾ ਕੇ ਪੁੱਜਦੇ ਹਨ, ਉਹ ਵੀ ਸੁਸਾਇਟੀ ਉਹ ਮੇਲੇ ਦਾ ਪ੍ਰਬੰਧ ਕਰਦੀ ਹੈ ਔਰ 28 ਤਰੀਕ ਨੂੰ ਇਹ ਜੋ ਸ਼ਾਦੀਆਂ ਇੱਥੇ ਹੋ ਰਹੀਆਂ ਜ਼ਰੂਰਤਮੰਦ ਲੜਕੀਆਂ ਦੀਆਂ, ਆਪ ਤੁਸੀਂ ਆਓ ਔਰ ਨਾਲ ਸਹਿਯੋਗ ਕਰੋ ਔਰ ਅਸੀਂ ਬੇਨਤੀ ਕਰਦੇ ਹਾਂ ਵੀ ਸਾਨੂੰ ਜੋ ਵੀ ਸਲਾਹ ਮਸ਼ਵਰਾ ਤੁਸੀਂ ਦਿਓਗੇ ਅਸੀਂ ਉਸ ਤੋਂ ਵੱਧ ਚੜ੍ਹ ਕੇ ਇਸ ਵਾਰ ਵੀ ਜਿਵੇਂ ਅਸੀਂ ਪਿਛਲੇ ਸਾਲ ਕਰਦੇ ਹਾਂ ਇਸ ਵਾਰ ਵੀ ਵਧੀਆ ਢੰਗ ਨਾਲ ਅਸੀਂ ਕਰਾਂਗੇ।